ਸਾਡਾ 23-24 ਦਾ ਜਿਹੜਾ ਰਿਜ਼ਲਟ ਹੈ 8ਵੀਂ 10ਵੀਂ ਅਤੇ 12ਵੀਂ ਉਹ 100% ਰਿਹਾ। ਸਾਡੇ ਬੱਚੇ 92% ਨੰਬਰ ਲੈ ਕੇ 20 ਸਕਸੈਸ ਦੀਆਂ ਪੌੜੀਆਂ ਚੜ੍ਹੇ ਹੈ। ਸਾਡਾ ਇਹ ਸ਼ਾਇਦ ਮੈਂ ਤਾਂ ਆਪਣੇ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ, ਮੇਰੇ ਕੋਲ 83 ਬੱਚਿਆਂ ਨੇ ਪਲੱਸ ਟੂ ਪਾਸ ਕੀਤੀ, ਜਿਹਦੇ ਵਿੱਚੋਂ 79 ਬੱਚੇ 60% ਮਾਰਕਸ ਲੈ ਕੇ ਪਾਸ ਹੋਏ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿੱਦਿਆ ਦੀ ਦਾਨੀ ਸੰਸਥਾ ਸਰਕਾਰੀ ਸਮਾਰਟ ਸਕੂਲ ਪੰਜ ਗ੍ਰਾਈਂ, ਔਰ ਗੱਲ ਕਰ ਰਹੇ ਹਾਂ ਸਰ ਦੇ ਨਾਲ ਜਿਹੜੇ ਐਜ਼ ਏ ਪ੍ਰਿੰਸੀਪਲ ਸੇਵਾ ਦੇ ਰਹੇ ਨੇ। ਸਰ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਵੈਲਕਮ ਜੀ। ਹਾਂਜੀ, ਮੈਂ ਮੋਹਿੰਦਰਪਾਲ ਸਿੰਘ, ਪ੍ਰਿੰਸੀਪਲ ਬੋਆਇਜ਼ ਸੀਨੀਅਰ ਸੈਕੰਡਰੀ ਸਕੂਲ ਪੰਜ ਗ੍ਰਾਈਂ ਤੋਂ ਬੋਲ ਰਿਹਾ, ਅਤੇ ਮੈਂ ਧੰਨਵਾਦ ਕਰਦਾ ਸਾਡੇ ਰਿਚੀ ਗਰਗ ਜੀ ਦਾ, ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਕਿ ਉਹ ਸਾਡੀ ਸੰਸਥਾ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਅੱਗੇ ਲੈ ਕੇ ਜਾ ਰਹੇ ਨੇ। ਅਤੇ ਅਸੀਂ ਵੀ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਉਹ ਸਾਡਾ ਮੈਸੇਜ ਹੈ ਜਿਹੜਾ ਸਾਡੇ ਏਰੀਏ ਦੇ ਬੱਚਿਆਂ ਤੱਕ ਪਹੁੰਚਾਉਣਗੇ। ਸਰ, ਉਹ ਜ਼ਮਾਨਾ ਜਦੋਂ ਸਰਕਾਰੀ ਸਕੂਲਾਂ ਨੂੰ ਸਾਰੇ ਲੋਕ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਔਰ ਮਿਡ ਦਾ ਇਲਾਕਾ ਜਿਹੜਾ ਮਿਡ ਦੇ ਵਿੱਚ ਆ ਕੇ ਸਰਕਾਰੀ ਸਕੂਲਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਔਰ ਲੋਕਾਂ ਦਾ ਵਿਸ਼ਵਾਸ ਉੱਠਣ ਲੱਗਿਆ ਸੀਗਾ, ਲੇਕਿਨ ਫਿਰ ਤੋਂ ਜਿਹੜਾ ਵਿਸ਼ਵਾਸ ਆ, ਪਹਿਲਾਂ ਮੈਰਾਟੋਰੀਆ ਸਕੂਲਸ ਬਣੇ, ਆਪਾਂ ਦੇਖਿਆ ਕਿ ਇੱਕ ਹੋਰ ਵਿਸ਼ਵਾਸ ਨਵਾਂ ਜਿਹੜਾ ਹੈਗਾ ਦੁਆਰਾ ਤੋਂ ਕ੍ਰੀਏਟ ਹੋ ਕੇ ਅੱਜ ਜਿਹੜੇ ਸਰਕਾਰੀ ਸਕੂਲ ਨੇ ਉਹ ਇੱਦਾਂ ਸੇਵਾ ਕਰ ਰਹੇ ਨੇ, ਕਿਉਂਕਿ ਜੋ ਟੀਚਰਸ ਨੇ ਉਹ ਬੜੀ ਤਨਦੇਹੀ ਦੇ ਨਾਲ ਸੇਵਾ ਕਰ ਰਹੇ ਨੇ, ਔਰ ਔਨ ਦੀ ਈਵ ਆਫ ਟੀਚਰਸ ਡੇ ਅਸੀਂ ਉਹਨਾਂ ਸਕੂਲਾਂ ਨੂੰ ਲੈ ਰਹੇ ਹੈਗੇ ਹਾਂ ਜਿਹੜੇ ਸਕੂਲ ਵਿੱਦਿਆ ਦਾ ਦਾਨ ਦੇ ਰਹੇ ਨੇ, ਜੋ ਵੀ ਅਸੀਂ ਜਿੰਨਾ ਕੁ ਕਰ ਸਕਦੇ ਹੈਗੇ ਜਿੰਨੇ ਕੁ ਸਕੂਲਾਂ ਨੂੰ ਲੈ ਸਕਦੇ ਹਾਂ, ਔਰ ਉਹਨਾਂ 'ਚ ਪੰਜ ਗ੍ਰਾਈਂ ਦਾ ਸਕੂਲ, ਕਿਉਂਕਿ ਪ੍ਰਿੰਸੀਪਲ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਮਿਹਨਤ ਦੇ ਨਾਲ ਇਸ ਸਕੂਲ ਨੂੰ ਰੰਗ ਬਿਰੰਗਾ ਬਣਾਇਆ, ਇਸ ਸਕੂਲ ਦੇ ਵਿੱਚ ਉਹ ਚੀਜ਼ਾਂ ਲਿਆਉਂਦੀਆਂ ਮਿਹਨਤ ਦੇ ਨਾਲ ਆਪਦੇ ਲੋਕਾਂ ਦੇ ਨਾਲ, NRI ਵੀਰਾਂ ਨੂੰ ਨਾਲ ਲੈ ਕੇ, ਪਿੰਡ ਵਾਲਿਆਂ ਨੂੰ ਨਾਲ ਲੈ ਕੇ, ਕੀ ਕਹਿਣਾ ਚਾਹੋ? ਬਹੁਤ ਵਧੀਆ ਰਿਸਪੋਂਸ ਮਿਲਿਆ ਮੈਨੂੰ। ਮੈਂ 1/4/2023 ਤੋਂ ਇਹਦੇ ਵਿੱਚ ਸੰਸਥਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਿਹਾ, ਤਾਂ ਮੈਂ ਪਹਿਲੀ ਵਾਰ ਲੰਬੇ ਸਮੇਂ ਤੋਂ ਬਾਅਦ ਜਿਵੇਂ ਮੈਨੂੰ ਪਤਾ ਲੱਗਾ ਇੱਥੇ ਡੋਨੇਟ ਨਹੀਂ ਸੀ ਕੀਤਾ ਜਾਂਦਾ, ਸੰਸਥਾਵਾਂ ਹੋਰਾਂ ਨੂੰ ਡੋਨੇਟ ਚਲਾ ਜਾਂਦਾ ਸੀਗਾ, ਤਾਂ ਮੈਂ ਥੋੜ੍ਹੀ ਜਿਹੀ ਐਫਰਟਸ ਕੀਤੇ, ਦੱਸਿਆ ਉਹਨਾਂ ਨੂੰ ਕਿ ਬੋਆਇਜ਼ ਨੂੰ ਪੜ੍ਹਾਉਣਾ ਅਤੇ ਉਹਨਾਂ ਨੂੰ ਉੱਚ ਵਿੱਦਿਆ ਦੇਣਾ ਕਿੰਨਾ ਅਹਿਮੀਅਤ ਰੱਖਦਾ, ਅਤੇ ਇਹ ਲੜਕੀਆਂ ਦੇ ਵੀ ਹੱਕ 'ਚ ਆ, ਮੈਂ ਕਿ ਲੜਕੀਆਂ ਨੂੰ ਵੀ ਵਿੱਦਿਆ ਦੇਣੀ ਚਾਹੀਦੀ, ਪਰ ਲੜਕਿਆਂ ਨੂੰ ਵੀ ਉਹਨਾਂ ਦਾ ਬਰਾਬਰ ਦਾ ਮੌਕਾ ਮਿਲੇ। ਤਾਂ ਮੇਰੇ ਨਾਲ ਇੱਕ ਸੰਸਥਾ ਨਿੱਤਰ ਕੇ ਆਈ, ਜਿਹੜੀ ਸਾਡੇ ਪੰਜ ਗ੍ਰਾਈਂ ਪਿੰਡ ਦੇ ਜਿਹੜੇ ਸਾਡੇ ਐਡਮਿੰਟਨ ਵਾਸੀ ਆ, ਕੈਨੇਡਾ ਦੇ ਵਿੱਚ ਰਹਿੰਦੇ ਸਾਰੇ ਪਰਿਵਾਰ, ਉਹਨਾਂ ਨੇ 1,70,000 ਦੀ ਮੈਨੂੰ ਭਰਵੀਂ ਗ੍ਰਾਂਟ ਦੇ ਕੇ ਸਕੂਲ ਦੇ ਵਿੱਚ ਕੰਮ ਰੁਕੇ ਹੋਏ ਕੰਮ ਤੋਰਨ ਦਾ ਹੰਭਲਾ ਦਿੱਤਾ। ਫਿਰ ਨਾਲ ਦੀ ਨਾਲ ਹੀ ਸਾਡੇ ਸਤਿਕਾਰਤ ਬੀਬੀ ਗੁਰਚਰਨ ਕੌਰ ਜੀ ਸਵਰਗਵਾਸ ਹੋ ਚੁੱਕੇ ਨੇ, ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ 1,00,000 ਰੁਪਏ ਦੀ ਸੇਵਾ ਸਹਾਇਤਾ ਦਿੱਤੀ ਗਈ, ਜਿਹਦੇ ਨਾਲ ਇੱਕ ਸ਼ਾਨਦਾਰ ਬਾਥਰੂਮ ਜਿਹੜਾ ਫਸਟ ਫਲੋਰ ਦੇ ਉੱਤੇ ਸਾਨੂੰ ਇੱਕ ਬੱਚਿਆਂ ਦਾ ਕ੍ਰੀਏਟ ਕਰਨਾ ਪਿਆ, ਅਤੇ ਉਹ ਬਹੁਤ ਬਹੁਤ ਵਧੀਆ ਤਰੀਕੇ ਨਾਲ ਹੁਣ ਵਰਕ ਕਰਦਾ। ਸਾਡੇ 8 ਕਮਰੇ ਜਿਹੜੇ ਉੱਪਰ ਬਾਥਰੂਮ ਬੱਚੇ ਥੱਲੇ ਉਤਰਦੇ ਸੀਗੇ, ਅਸੀਂ ਉਹਨਾਂ ਨੂੰ ਉੱਪਰ ਹੀ ਬਾਥਰੂਮ ਦਾ ਸਿਸਟਮ ਬਣਾ ਕੇ ਦਿੱਤਾ, ਪਾਣੀ ਦਾ ਪੀਣ ਦਾ ਪ੍ਰਬੰਧ। ਇੱਦਾਂ ਹੀ ਮੈਂ ਜਿਵੇਂ ਤੁਸੀਂ ਪੁੱਛਿਆ ਕਿ ਇਹ ਸੰਸਥਾਵਾਂ ਹੁਣ ਕਿਵੇਂ ਅੱਗੇ ਵੱਧ ਰਹੀਆਂ, ਕਿਵੇਂ ਕ੍ਰੀਏਟ ਹੋ ਰਹੀਆਂ, ਤਾਂ ਇਹਦੇ ਵਿੱਚ ਪੂਰੇ ਪੂਰੇ
ਸਟਾਫ ਦਾ ਪੂਰਾ ਪੂਰਾ ਯੋਗਦਾਨ ਹੈ, ਪਿੰਡ ਦਾ ਪੂਰਾ ਯੋਗਦਾਨ ਹੈ, ਆਸੇ ਪਾਸੇ ਦੇ ਪਿੰਡਾਂ ਤੋਂ ਬੱਚੇ ਸਾਡੇ ਕੋਲ ਆ ਰਹੇ ਆ, ਸਾਡੇ ਕੋਲ ਲਗਭਗ 6 ਪਿੰਡ ਆ ਜਿਨ੍ਹਾਂ ਤੋਂ ਬੱਚੇ ਸਾਡੇ ਕੋਲ ਲਗਾਤਾਰ ਕੰਟੀਨਿਊਲੀ ਸਾਡੇ ਕੋਲ ਪਲੱਸ ਵਨ ਪਲੱਸ ਟੂ ਦੇ ਵਿੱਚ ਆ ਰਹੇ ਆ। ਫੈਕਲਟੀ ਪੂਰੀ ਹੈ, ਮੈਂ ਪੰਜਾਬ ਗੌਰਮੈਂਟ ਦਾ ਇਸ ਗੱਲੋਂ ਆਭਾਰੀ ਹਾਂ ਕਿ ਸਾਨੂੰ ਸਾਰੇ ਟੀਚਰ ਸਾਡੇ ਮੁਕੰਮਲ ਹੈ, ਅਤੇ ਉਹ ਹੁਣੇ ਵੀ ਹੁਣ ਮੈਂ ਇੱਕ ਜੁਆਇਨ ਕਰਾਉਣ ਜਾ ਰਿਹਾ ਅਧਿਆਪਕ ਸਾਥੀ ਨੂੰ, ਤਾਂ ਸੋ ਦੈਟ ਕਿ ਮੈਂ ਇਹ ਆਪਣਾ ਇਕੱਲਾ ਆਪਣੇ 'ਤੇ ਸਿਰਫ ਬੰਦਾ ਠੀਕ ਹੈ, ਇੱਕ ਪ੍ਰਿੰਸੀਪਲ ਦਾ ਇੱਕ ਯੋਗਦਾਨ ਹੁੰਦਾ, ਉਹ ਇੱਕ ਪਲੈਨਿੰਗ ਕਰਦਾ, ਉਹ ਪਲੈਨਿੰਗ ਨੂੰ ਸਿਰੇ ਚੜ੍ਹਾਉਣ ਵਾਲਾ ਸਮੂਹ ਸਟਾਫ ਹੀ ਹੁੰਦਾ, ਅਤੇ ਮੈਂ ਆਪਣਾ ਪੂਰੇ ਸਮੂਹ ਸਟਾਫ ਦੀ ਪ੍ਰੇਜ਼ ਕਰਦਾ ਕਿ ਉਹ ਮੇਰੇ ਨਾਲ ਡਟ ਕੇ ਖੜ੍ਹੇ ਹੋਏ। ਸਰ, ਗ੍ਰੀਨਰੀ ਨਾਲ ਲੈਸ ਇਹ ਸੰਸਥਾ ਜਿਹਦੇ ਵਿੱਚ ਗ੍ਰੀਨਰੀ ਜਿਹਦੇ ਵਿੱਚ ਮਿਡ ਡੇ ਮੀਲ ਦੀ ਗੱਲ ਕਰ ਲਈਏ ਤਾਂ ਤੁਸੀਂ ਓਫਨ ਕੋਸ਼ਿਸ਼ ਕਰਦੇ ਹੋ ਕਈ ਵਾਰ ਆਪ ਵੀ ਖਾਣਾ ਖਾਣ ਦੀ, ਵੀ ਸਾਡੇ ਬੱਚਿਆਂ ਨੂੰ ਜਿਹੜਾ ਖਾਣਾ ਮਿਲਦਾ ਉਹ ਬਹੁਤ ਹੀ ਪੌਸ਼ਟਿਕ ਵਧੀਆ ਮਿਲੇ, ਔਰ ਤੁਸੀਂ ਹਮੇਸ਼ਾ ਵਧੀਆ ਤੋਂ ਵਧੀਆ ਚੀਜ਼ ਦੀ ਤੁਹਾਡਾ ਮਾਇੰਡ ਹੁੰਦਾ ਕਿ ਅਸੀਂ ਇੱਕ ਤੋਂ ਇੱਕ ਚੀਜ਼ ਜਿਹੜੀ ਬੱਚਿਆਂ ਨੂੰ ਜੋ ਸਾਨੂੰ ਘਰੇ ਟੇਸਟ ਆਉਂਦੇ ਆ ਉਹੀ ਟੇਸਟ ਦਈਏ, ਔਰ ਇਹੀ ਕਾਰਨ ਆ ਕਿ ਬੱਚੇ ਮਿਡ ਡੇ ਮੀਲ ਖਾ ਕੇ ਬੜਾ ਖੁਸ਼ ਹੁੰਦੇ ਨੇ, ਔਰ ਜੋ ਪਿੰਡਾਂ ਤੋਂ ਆਉਂਦੇ ਨੇ ਆਸ ਪਾਸ ਦੇ ਪਿੰਡਾਂ ਤੋਂ ਦੂਰ ਤੋਂ ਆਉਂਦੇ ਬੱਚੇ ਨੇ ਅਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ। ਅਸੀਂ ਮਿਡ ਡੇ ਮੀਲ ਜਿਹੜਾ ਜ਼ਿੰਮੇਵਾਰ ਹਾਂ ਅਸੀਂ ਕਿ ਅਸੀਂ ਉਹਨਾਂ ਨੂੰ ਪੌਸ਼ਟਿਕ ਸਵਾਦਿਸ਼ਟ ਭੋਜਨ ਦੇਣਾ, ਪਰ ਅਸੀਂ ਇਹ ਵੀ ਨਾਲ ਹੈ ਕਿ ਮਹੀਨੇ ਦੇ ਵਿੱਚ ਅਸੀਂ ਇੱਕ ਸਪੈਸ਼ਲ ਆਪਣੇ ਅਧਿਆਪਕ ਸਾਥੀਆਂ ਵੱਲੋਂ ਇਕੱਠਾ ਕਰਕੇ, ਹੁਣ ਜਿਵੇਂ ਅਸੀਂ ਇੱਕ ਸਾਵਣ ਦਾ ਮਹੀਨਾ ਆਇਆ ਸੀ ਅਤੇ ਅਸੀਂ ਸਾਨੂੰ ਇੱਕ ਸਬੱਬ ਬਣ ਗਿਆ ਅਤੇ ਅਸੀਂ ਮਾਲ ਪੂੜੇ ਅਤੇ ਖੀਰ ਦਾ ਲੰਗਰ ਲਾਇਆ ਅਤੇ ਬੱਚਿਆਂ ਨੇ ਰੂਹ ਨਾਲ ਮਤਲਬ ਉਹਨੂੰ ਆਨੰਦ ਨਾਲ ਛਕਿਆ। ਇਹ ਗੱਲ ਦੀ ਖੁਸ਼ੀ ਹੈ ਸਾਨੂੰ ਕਿ ਸਾਡੀ ਜੇਬ 'ਚੋਂ ਪੈਸਾ ਲੱਗ ਜਾਵੇ ਅਤੇ ਬੱਚਿਆਂ ਤੱਕ ਇਹ ਪੌਸ਼ਟਿਕ ਭੋਜਨ ਅਤੇ ਸਵਾਦਿਸ਼ਟ ਭੋਜਨ ਅਸੀਂ ਦੇ ਸਕੀਏ, ਇਹ ਸਾਡਾ ਹਮੇਸ਼ਾ ਹੀ ਏਜੰਡੇ 'ਤੇ ਰਿਹਾ। ਸਰ, ਪੰਜਾਬ ਸਰਕਾਰ ਜਿਹਨੇ ਖੇਲਾਂ ਵਤਨ ਪੰਜਾਬ ਦੀਆਂ ਕਰਾਈਆਂ, ਇੱਕ ਮੀਲ ਪੱਥਰ ਉਹਨਾਂ ਨੇ ਸਥਾਪਿਤ ਕੀਤਾ, ਔਰ ਸਭ ਤੋਂ ਵੱਡੀ ਗੱਲ ਆ ਕਿ ਜਿਵੇਂ ਫੰਡਸ ਪਹਿਲਾਂ ਜਿਹੜੇ ਰੁਲੇ ਰਹਿੰਦੇ ਸੀ ਫੰਡਸ, ਅੱਜ ਉਹ ਫੰਡਸ ਜਿਹੜੇ ਹੈਗੇ ਆ ਬੜੀ ਜਲਦੀ ਰਿਲੀਜ਼ ਹੁੰਦੇ ਨੇ, ਡੀਓਜ਼ ਜਿਹੜੇ ਨੇ ਉਹ ਬਹੁਤ ਹੀ ਤਨਦੇਹੀ ਦੇ ਨਾਲ, ਕੋਈ ਵੀ ਡੀਓ ਆਫਿਸ ਦੇ ਕੰਮ ਹੁੰਦੇ ਆ ਹੁਣ ਉਹ ਪਹਿਲਾਂ ਵਾਲਾ ਕੰਮ ਨਹੀਂ ਆ ਵੀ ਬੰਦਾ ਚੱਕਰ ਮਾਰੀ ਜਾਊਗਾ, ਕਿਉਂਕਿ ਸਰਕਾਰ ਨੇ ਇਹ ਚੀਜ਼ਾਂ ਈਜ਼ ਜ਼ੋਨ 'ਚ ਬਣਾਤੀਆਂ। ਔਰ ਪ੍ਰਿੰਸੀਪਲ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਸਾਡੇ ਕੋਲ ਸਟਾਫ, ਕਿਉਂਕਿ ਬੜੇ ਅਭਾਵ ਹੁੰਦਾ ਸੀਗਾ ਸਕੂਲਾਂ ਨੂੰ ਸਟਾਫਾਂ ਦਾ, ਲੇਕਿਨ ਬਹੁਤ ਸਾਰੇ ਇਹੋ ਜਿਹੇ ਵਧੀਆ ਸਕੂਲ ਨੇ, ਕਿਉਂਕਿ ਦੇਖੋ ਸਰ ਬਹੁਤ ਵੱਡਾ ਇੱਕ ਚੈਲੇਂਜ ਹੁੰਦਾ ਹੈਗਾ, 2.5 ਸਾਲ ਦੀ ਹਾਲੇ ਗੌਰਮੈਂਟ ਆਈ ਆ ਲੇਕਿਨ 2.5 ਸਾਲਾਂ ਦੇ ਵਿੱਚ ਹੀ ਸਕੂਲ ਜਿਹੜੇ ਹੈਗੇ ਨੇ ਉਹ ਅੱਜ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਜਿਹੜੇ ਵਧਣ ਲੱਗ ਗਏ। ਬਿਲਕੁਲ ਜੀ, ਮੈਂ ਇਸ ਮਾਮਲੇ ਦੇ ਵਿੱਚ ਵੀ ਦੱਸਣਾ ਚਾਹਾਂਗਾ ਕਿ ਸਾਡਾ 23-24 ਦਾ ਜਿਹੜਾ ਰਿਜ਼ਲਟ ਹੈ 8ਵੀਂ 10ਵੀਂ ਅਤੇ 12ਵੀਂ ਉਹ 100% ਰਿਹਾ, ਸਾਡੇ ਬੱਚੇ 92% ਨੰਬਰ ਲੈ ਕੇ 20 ਸਕਸੈਸ ਦੀਆਂ ਪੌੜੀਆਂ ਚੜ੍ਹੇ ਆ। ਸਾਡਾ ਇਹ ਸ਼ਾਇਦ ਮੈਂ ਤਾਂ ਆਪਣੇ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ, ਮੇਰੇ ਕੋਲ 83 ਬੱਚਿਆਂ ਨੇ ਪਲੱਸ ਟੂ ਪਾਸ ਕੀਤੀ, ਜਿਹਦੇ ਵਿੱਚੋਂ 79 ਬੱਚੇ 60% ਮਾਰਕਸ ਲੈ ਕੇ ਪਾਸ ਹੋਏ, ਸਿਰਫ 4 ਬੱਚੇ ਐਸੇ ਰਹੇ ਜਿਨ੍ਹਾਂ ਜਿਹੜੇ 59th 'ਤੇ ਰਹਿ ਗਏ। ਫਿਰ ਇੱਧਰ ਗੱਲ ਤੁਸੀਂ ਸ਼ੁਰੂ ਕੀਤੀ ਸੀ ਖੇਡਾਂ ਵਤਨ ਪੰਜਾਬ ਦੀਆਂ, ਤਾਂ ਮੈਂ ਇਹ ਦੱਸਣਾ ਚਾਹਾਂਗਾ ਆਪਣੇ ਵੀਰ ਨੂੰ ਕਿ ਮੇਰੀ ਅੰਡਰ 17 ਸਰਕਲ ਕਬੱਡੀ ਦੀ ਟੀਮ ਜ਼ੋਨ ਜਿੱਤ ਕੇ ਜ਼ਿਲ੍ਹੇ ਵਿੱਚ ਸ਼ਾਨਦਾਰ ਤਰੀਕੇ ਨਾਲ ਅੱਜ ਪ੍ਰਵੇਸ਼ ਕਰ ਗਈ ਹੈ। ਸਰ, ਆਪਾਂ ਗੱਲ ਕਰ ਲਈਏ ਵੈਲਿਊਜ਼ ਦੀ, ਗੱਲ ਕਰ ਲਈਏ ਜੰਕ ਫੂਡਸ ਦੀ, ਗੱਲ ਕਰ ਲਈਏ ਤਾਂ ਇਹ ਸਕੂਲ ਇੱਕ ਐਸਾ ਸਕੂਲ ਆ ਪ੍ਰਿੰਸੀਪਲ ਸਾਹਿਬ, ਜਿੱਦਾਂ ਤੁਸੀਂ ਆਪਣੇ ਟੀਚਰਾਂ ਨੂੰ ਕਾਉਂਸਲ ਕਰਦੇ ਹੋ, ਭਾਈ ਬੱਚਿਆਂ ਨੂੰ ਬੋਲਣੇ ਇਹਨਾਂ ਬੱਚਿਆਂ ਦਾ ਮਾਇੰਡ ਸੈੱਟ ਆ, ਇਹਨਾਂ ਨੂੰ ਆਪਾਂ ਜਿੱਦਾਂ ਮੋਲਡ ਕਰਨਾ ਵੀ ਭਾਈ ਮੋਬਾਈਲਾਂ ਤੋਂ ਦੂਰ ਰਹੋ, ਜੰਕ ਫੂਡਾਂ ਤੋਂ ਦੂਰ ਰਹੋ, ਥੋੜ੍ਹੀ ਬਹੁਤ ਐਕਸਰਸਾਈਜ਼ ਕਰੋ, ਮਾਂ ਬਾਪ ਦੀ ਕਹਿਣਾ ਮੰਨੋ, ਇਹ ਸਕੂਲ ਵੈਲਿਊਜ਼ ਦਿੰਦਾ ਹੈਗਾ। ਔਰ ਇਹੀ ਕਾਰਨ ਆ ਕਿ ਜਦੋਂ ਪੇਰੈਂਟਸ ਜਦੋਂ NRI ਵੀਰ ਦੇਖਦੇ ਨੇ ਉਹਨਾਂ ਦਾ ਮਨ ਦਗ ਦਗ ਹੋ ਜਾਂਦਾ ਵੀ ਯਾਰ ਇਹ ਸਕੂਲ 'ਚ ਇੰਨੀ ਮਿਹਨਤ ਹੋ ਰਹੀ ਹੈਗੀ ਆ, ਔਰ ਜਿੱਥੇ ਮਿਹਨਤ ਹੁੰਦੀ ਆ ਉੱਥੇ NRI ਵੀਰ ਉਹ ਵੀ ਚਾਹੁੰਦੇ ਵੀ ਸਾਡੇ ਪਿੰਡਾਂ ਦਾ ਜਿਹੜਾ ਸਟੈਂਡਰਡ ਆ ਬਹੁਤ ਉੱਚਾ ਜਾਵੇ। ਬਿਲਕੁਲ ਜੀ, ਮੈਂ ਅਤੇ ਮੇਰਾ ਸਟਾਫ
ਅਸੀਂ ਵੈਲਿਊਜ਼ ਦੇ ਬਾਰੇ ਵਿੱਚ ਮੈਂ ਇੱਕ ਵਾਰ ਜਾਣਕਾਰੀ ਦੇਵਾਂ ਜਾਵਾਂਗਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਡਾ ਨੈਤਿਕ ਸਿੱਖਿਆ ਦਾ ਇੱਕ ਪ੍ਰੋਗਰਾਮ ਚੱਲਦਾ, ਉਹਨਾਂ ਵੱਲੋਂ ਚਲਾਇਆ ਜਾਂਦਾ। ਮੇਰਾ ਸਕੂਲ ਪਹਿਲਾ ਸਕੂਲ ਹੋ ਸਕਦਾ ਆਪਣੇ ਏਰੀਏ 'ਚ, ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਕਿ ਦਾਅਵਾ ਕਰਦਾ, ਪਰ ਇਹ ਹੋ ਸਕਦਾ ਕਿਉਂਕਿ ਨੇੜੇ ਤੇੜੇ ਮੈਨੂੰ ਅਜੇ ਤੱਕ ਰਿਪੋਰਟ ਨਹੀਂ ਮਿਲੀ। ਮੇਰਾ ਸਾਰਾ ਸਕੂਲ ਜਿੰਨੇ ਵੀ ਬੱਚੇ ਹੁੰਦੇ ਆ, ਪਿਛਲੀ ਵਾਰ 360 ਸੀਗਾ, 360 ਹੀ ਬੱਚੇ ਪੇਪਰ 'ਚ ਬੈਠੇ, ਨੈਤਿਕ ਸਿੱਖਿਆ ਦੇ ਪ੍ਰਸ਼ਨ ਦਿੱਤੇ ਉਹਨਾਂ ਨੇ। ਇਸ ਵਾਰ 280 ਬੱਚੇ ਰਜਿਸਟਰ ਹੋਏ ਸੀ, 280 ਨੇ ਹੀ ਪੇਪਰ ਦਿੱਤਾ। ਸਗਾਂ ਦੀ ਪੇਪਰ ਉਹਨਾਂ ਕੋਲ ਘੱਟ ਗਏ, 19 ਬੱਚੇ ਰਹਿ ਗਏ ਸਾਡੇ, ਨਹੀਂ ਤਾਂ ਮਤਲਬ ਸਾਡੇ ਇਹ ਗਿਣਤੀ 300 'ਤੇ ਵੀ ਚਲੇ ਜਾਣੀ ਸੀਗੀ। ਤਾਂ ਨੈਤਿਕ ਵੈਲਿਊਜ਼ ਦੇ ਬਾਰੇ ਵਿੱਚ ਅਸੀਂ ਸੁਚੇਤ ਹਾਂ, ਅਸੀਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਏ ਹਾਂ। ਹਮੇਸ਼ਾ ਅਸੀਂ ਇੱਕ ਨੁਮਾਇੰਦੇ ਨੂੰ ਬੁਲਾ ਕੇ ਇੱਥੇ ਉਹਨਾਂ ਤੋਂ ਨੈਤਿਕ ਵੈਲਿਊਜ਼, ਬ੍ਰਹਮਕਾਰੀ ਆਸ਼ਰਮ ਤੋਂ ਸਾਡੇ ਕੋਲ ਨੁਮਾਇੰਦੇ ਪਹੁੰਚੇ, ਉਹਨਾਂ ਨੇ ਸਾਨੂੰ 15 ਅਗਸਤ 'ਤੇ ਸਾਨੂੰ ਬਹੁਤ ਵਧੀਆ ਵੈਲਿਊਜ਼ ਦੇ ਉੱਤੇ ਲੈਕਚਰ ਦਿੱਤੇ। ਔਰ ਸਾਡਾ ਮੋਰਨਿੰਗ ਅਸੈਂਬਲੀ ਹੈ ਜਿਹੜੀ, ਉਹਦੇ ਵਿੱਚ ਹਮੇਸ਼ਾ ਹੀ ਸਾਡਾ ਇਹ ਰਿਹਾ ਕਿ ਅਸੀਂ ਉਹਨਾਂ ਨੂੰ ਡੇ ਬਾਈ ਡੇ ਉਹਨਾਂ ਨਾਲ ਜੋ ਵਾਪਰ ਰਹੀਆਂ ਦੁਨਿਆਵਾਂ ਦੀ ਘਟਨਾ ਉਹਨਾਂ ਨਾਲ ਰੂਬਰੂ ਕਰਵਾਉਂਦੇ ਹੋਏ, ਨਾਲ ਜਿੱਥੇ ਨਿਊਜ਼ ਦੱਸਦੇ ਉੱਥੇ ਨਾਲ ਉਹਨਾਂ ਦੀਆਂ ਵੈਲਿਊਜ਼ ਵੀ ਦੱਸਦੇ ਹਾਂ ਵੀ ਇਹ ਖਬਰਾਂ ਬਦਲ ਸਕਦੀਆਂ ਸੀ ਜੇ ਤੁਸੀਂ ਆਪਾਂ ਜਾਂ ਤੁਸੀਂ ਇਹਦੇ ਵਿੱਚ ਤੁਸੀਂ ਇੱਕ ਪੋਜ਼ਿਟਿਵ ਰੋਲ ਅਦਾ ਕਰੋ ਤਾਂ ਇਹ ਹੋਰ ਵੀ ਖੂਬਸੂਰਤ ਦੇਸ਼ ਆਪਣੇ ਬਣ ਸਕਦਾ। ਪ੍ਰਿੰਸੀਪਲ ਸਾਹਿਬ, ਔਨ ਦੀ ਈਵ ਆਫ ਟੀਚਰਸ ਡੇ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਪੰਜਾਬ ਪਲੱਸ ਦੇ ਉੱਪਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਸਾਰਾ ਸਕੂਲ ਵੀ ਵਿਜ਼ਿਟ ਕਰਾਵਾਂਗੇ ਔਰ ਬਾਕੀ ਟੀਚਰਸ ਦੇ ਨਾਲ ਵੀ ਥੋੜ੍ਹਾ ਬਹੁਤ ਰੂਬਰੂ ਹੋਵਾਂਗੇ। ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਮੈਂ ਆਪ ਜੀ ਨੂੰ ਅਤੇ ਆਪਦੀ ਸਾਰੀ ਸਮੁੱਚੀ ਕੈਮਰਾ ਟੀਮ ਨਾਲ ਨੂੰ ਬਹੁਤ ਬਹੁਤ ਇੱਥੇ ਆਉਣ 'ਤੇ ਜੀ ਆਇਆਂ ਕਹਿੰਦਾ। ਥੈਂਕ ਯੂ, ਆਲ ਦਾ ਬੈਸਟ। ਦੱਸਣਾ ਚਾਹਾਂਗਾ ਕਿ ਸਾਡੇ ਸਕੂਲ ਦਾ ਜਿਹੜਾ ਲੋਗੋ ਹੈ ਇਹ ਵੀ ਮੇਰੇ ਵੱਲੋਂ ਕ੍ਰੀਏਟ ਕੀਤਾ ਗਿਆ ਸੀਗਾ, ਜਿਹਦੇ ਵਿੱਚ ਦੱਸਿਆ ਗਿਆ ਕਿ ਜੇ 24 ਘੰਟੇ ਨੂੰ ਤੁਸੀਂ ਲਓਗੇ ਤਾਂ ਟੈਕਨੋਲੋਜੀ, ਗੇਮਸ ਅਤੇ ਸਟੱਡੀ ਇਹ ਤਿੰਨੇ ਬਰਾਬਰ ਨੂੰ ਵੰਡ ਕੇ ਚੱਲੋਗੇ ਤਾਂ ਤੁਹਾਡੇ ਗਿਆਨ ਦੀ ਜੋਤ ਜਿਹੜੀ ਵਿਚਾਲੇ ਮੋਮਬੱਤੀ ਜਗਦੀ ਆ ਉਹ ਫਿਰ ਪੈਦਾ ਹੋਏਗੀ। ਔਰ ਇਹ ਲੋਗੋ ਸਾਡਾ ਇਸ ਚੀਜ਼ ਨੂੰ ਲੈ ਕੇ ਕਿ ਕਿਤਾਬ, ਟੈਕਨੋਲੋਜੀ, ਗੇਮਸ ਔਰ ਕੰਪਿਊਟਰ ਸਿੱਖਿਆ ਇਹ ਸਾਰੀਆਂ ਚੀਜ਼ਾਂ ਜੁੜ ਕੇ ਹੀ ਗਿਆਨ ਦਾ ਦੀਵਾ ਜਗੇਗਾ ਜਿਹੜਾ ਵਿਚਾਲੇ ਜਗ ਰਿਹਾ। ਮੈਂ ਇਹਦੇ ਬਾਰੇ ਦੱਸਣਾ ਚਾਹਾਂਗਾ। ਜਿੱਦਾਂ ਪ੍ਰਿੰਸੀਪਲ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਅੱਜ ਇੱਕ ਨਵੇਂ ਟੀਚਰ ਜਿਹੜੇ ਹੈਗੇ ਜੁਆਇਨ ਕਰ ਰਹੇ ਨੇ, ਸਾਡੀ ਭੈਣ ਜੁਆਇਨ ਕਰ ਰਹੀ ਹੈ ਇੱਥੇ। ਇਸ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਸਾਡੇ ਫੈਕਲਟੀ ਬਹੁਤ ਪੂਰੀ ਹੈ ਅਤੇ ਹੁਣੇ ਹੁਣੇ ਸਾਡੇ ਕੋਲ ਭੈਣ ਗੁਰਪ੍ਰੀਤ ਬਾਘਾ ਪੁਰਾਣਾ ਤੋਂ ਜੁਆਇਨ ਕਰਨ ਵਾਸਤੇ ਪਹੁੰਚੇ, ਜਿਹਦੇ ਨਾਲ ਮੇਰਾ ਸਟਾਫ ਕੰਪਲੀਟ ਹੁੰਦਾ ਅਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਸੰਸਥਾ ਨੂੰ ਇਸ ਗੱਲ ਸਾਡੇ ਫੈਕਲਟੀ ਨੂੰ ਫੈਕਲਟੀ ਨੂੰ ਪੂਰਾ ਕਰਨ ਵਾਸਤੇ ਆਪਣਾ ਪੂਰਾ ਯਤਨ ਅਤੇ ਯੋਗ ਲਾਇਆ ਅਤੇ ਅਸੀਂ ਇਸ ਨਾਲ ਇਹ ਵੀ ਦਾਅਵਾ ਅਤੇ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਇਸ ਸਾਰੀ ਫੈਕਲਟੀ ਨੂੰ ਪੂਰਾ ਕਰਕੇ ਅਸੀਂ ਆਪਣੇ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤੀ ਬਾਲਾ, ਕੰਪਿਊਟਰ ਫੈਕਲਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਮੁੰਡੇ, ਡਿਸਟ੍ਰਿਕਟ ਫਰੀਦਕੋਟ। ਔਰ ਮੇਰੇ ਨਾਲ ਲੈਕਚਰਾਰ ਇੰਗਲਿਸ਼ ਸ਼੍ਰੀ ਲਖਵਿੰਦਰ ਕੁਮਾਰ ਜੀ, SS ਮਾਸਟਰ ਸਰਦਾਰ ਸਤਵਿੰਦਰ ਸਿੰਘ ਜੀ। ਆਓ ਅੱਜ ਅਸੀਂ ਤੁਹਾਨੂੰ ਆਪਣੇ ਸਕੂਲ ਦੀ ਯਾਤਰਾ ਕਰਵਾਉਂਦੇ ਹਾਂ, ਸਕੂਲ ਵਿਜ਼ਿਟ ਕਰਵਾਉਂਦੇ ਹਾਂ ਜੀ। ਇੱਧਰ ਗੇਟ ਦੀ ਐਂਟਰੀ ਦੇ ਹੀ ਸੱਜੇ ਹੱਥ ਸਕੂਲ ਦੇ ਵਿੱਚ ਬੈਡਮਿੰਟਨ ਗਰਾਊਂਡ ਬਣਿਆ ਹੋਇਆ ਹੈ, ਜਿੱਥੇ ਕਿ ਵਿਦਿਆਰਥੀਆਂ ਨੂੰ ਖੇਡਾਂ ਖਿਡਾਈਆਂ ਜਾਂਦੀਆਂ ਹੈ। ਆਊਟਡੋਰ, ਇਨਡੋਰ ਹਰ ਤਰ੍ਹਾਂ ਦੀ ਗੇਮ ਵੀ ਬੱਚਿਆਂ ਨੂੰ ਕਰਵਾਈ ਜਾਂਦੀ ਹੈ। ਪਾਰਕ ਹੈ, SS ਨਾਲ ਰਿਲੇਟਿਡ ਇਸ ਦੇ ਵਿੱਚ ਸਾਰੇ ਮਾਡਲ ਔਰ ਚਾਰਟਸ ਸ਼ੋ ਕੀਤੇ ਹੋਏ ਹੈ। ਸਕੂਲ ਦੀ ਮੇਨ ਐਂਟਰੈਂਸ ਦੇ ਵਿੱਚ ਹੀ ਪ੍ਰਿੰਸੀਪਲ ਦਫ਼ਤਰ ਔਰ ਇੱਥੇ ਨਾਲ ਹੀ ਸਕੂਲ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਔਰ ਸਕੂਲ ਦਾ ਇੱਕ ਨਿਵੇਕਲਾ ਉਪਰਾਲਾ ਸਾਡੀ ਇਮਾਨਦਾਰੀ ਦੀ ਦੁਕਾਨ।
ਇੱਥੇ ਵਿਦਿਆਰਥੀ ਨੂੰ ਬਹੁਤ ਹੀ ਘੱਟ ਰੇਟ ਦੇ ਉੱਪਰ ਕਿਤਾਬਾਂ, ਕਾਪੀਆਂ, ਹਰ ਤਰ੍ਹਾਂ ਦੀ ਸਟੇਸ਼ਨਰੀ ਮੁਹੱਈਆ ਕਰਵਾਈ ਜਾਂਦੀ ਹੈ। ਅਸਲ ਦੇ ਵਿੱਚ ਸਕੂਲ ਦਾ ਸਟਾਫ ਔਰ ਪ੍ਰਿੰਸੀਪਲ, ਸਕੂਲ ਮੈਨੇਜਮੈਂਟ ਕਮੇਟੀ ਸਾਰੇ ਹੀ ਇਸ ਦੇ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਯੋਗਦਾਨ ਪਾ ਕੇ ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਕਿਤਾਬਾਂ ਔਰ ਸਟੇਸ਼ਨਰੀ ਮੁਹੱਈਆ ਕਰਾਉਂਦੇ ਹਨ ਅਤੇ ਵਿਦਿਆਰਥੀ ਖੁਦ ਆ ਕੇ ਇੱਥੋਂ ਰੇਟ ਲਿਸਟ ਪੜ੍ਹ ਕੇ ਔਰ ਉਸ ਅਨੁਸਾਰ ਕਾਪੀ, ਕਿਤਾਬ, ਪੈੱਨ ਆਦਿ ਲੈ ਕੇ ਇਸ ਬੋਕਸ ਦੇ ਵਿੱਚ ਆਪਣੇ ਆਪ ਪੈਸੇ ਰੱਖ ਜਾਂਦੇ ਹੈ ਔਰ ਇਸ ਇੱਕ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਦੇ ਲਈ ਹੈ। ਆਓ ਜੀ ਤੁਹਾਨੂੰ ਦਿਖਾਉਂਦੇ ਹਾਂ ਸਕੂਲ ਦੀ ਕੰਪਿਊਟਰ ਲੈਬ। ਸਾਰੇ ਹੀ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਵਿਦਿਆਰਥੀ ਆਪਣੇ ਆਪ ਨੂੰ ਇਸ ਵਿਸ਼ੇ ਨੂੰ ਬਹੁਤ ਹੀ ਰੋਚਕ ਸਮਝਦੇ ਹੈ। ਇਸ ਲੈਬ ਦੇ ਵਿੱਚ ਚਾਰਟਸ ਔਰ ਬੱਚਿਆਂ ਦੇ ਅਕੋਰਡਿੰਗਲੀ ਸਭ ਫਲੈਕਸ ਆਦਿ ਲਗਾਏ ਗਏ ਹੈ। ਉਹਨਾਂ ਦੀ ਸਹੂਲਤ ਲਈ ਲੈਬ ਨੂੰ ਫੁੱਲੀ ਮੈਨੇਜ ਕੀਤਾ ਗਿਆ ਹੈ, ਫੁੱਲੀ ਇਕਵਿਪਡ ਕੀਤਾ ਗਿਆ ਹੈ। ਪੰਜਾਬ ਸਰਕਾਰ ਦਾ ਹੋਰ ਵਿਸ਼ੇਸ਼ ਵਧੀਆ ਉਪਰਾਲਾ ਸਮਾਰਟ ਕਲਾਸਰੂਮ। ਆਹ ਦੇਖੋ ਸਾਡੇ ਸਕੂਲ ਦੇ ਵਿੱਚ ਸਮਾਰਟ ਕਲਾਸਰੂਮ ਚੱਲ ਰਹੇ ਨੇ। ਪ੍ਰੋਜੈਕਟਰ ਦੇ ਉੱਪਰ ਬੱਚਿਆਂ ਨੂੰ ਆਧੁਨਿਕ ਲੀਹਾਂ ਦੇ ਉੱਪਰ ਸਿੱਖਿਆ ਦਿੱਤੀ ਜਾਂਦੀ ਹੈ, ਜਿਹਦੇ ਨਾਲ ਬੱਚਿਆਂ ਦੀ ਜਿਹੜੀ ਗ੍ਰਹਿਣ ਸਮਰੱਥਾ ਵੱਧਦੀ ਹੈ। ਬੱਚੇ ਇਕਾਗਰ ਹੋ ਕੇ ਕੰਸੈਂਟਰੇਸ਼ਨ ਦੇ ਨਾਲ ਜਿਹੜਾ ਪ੍ਰੋਜੈਕਟਰ ਦੇ ਉੱਪਰ ਐਜੂਕੇਸ਼ਨ ਪ੍ਰਾਪਤ ਕਰਦੇ ਆ, ਸਿੱਖਿਆ ਪ੍ਰਾਪਤ ਕਰਦੇ ਆ, ਜਿਹਦਾ ਲੰਮੇ ਸਮੇਂ ਤੱਕ ਉਹਨਾਂ ਦੇ ਦਿਮਾਗ ਦੇ ਵਿੱਚ ਅਸਰ ਰਹਿੰਦਾ। ਮਿਡ ਡੇ ਮੀਲ ਦੀ ਰਸੋਈ, ਜਿੱਥੇ ਬੜਾ ਸਫਾਈ ਦੇ ਨਾਲ ਸੰਤੁਲਿਤ ਭੋਜਨ ਜਿਹੜਾ ਪੰਜਾਬ ਸਰਕਾਰ ਦਾ ਸ਼ਡਿਊਲਡ ਜੋ ਆਉਂਦਾ ਹੈਗਾ ਉਹਦੇ ਅਕੋਰਡਿੰਗ ਤਿਆਰ ਕੀਤਾ ਜਾਂਦਾ। ਬੜੇ ਸੱਜੇ ਢੰਗ ਦੇ ਨਾਲ ਬਰਤਨ ਆ ਜਿਹੜੇ ਸਾਫ਼ ਠੀਕ ਢੰਗ ਨਾਲ ਮੇਨਟੇਨ ਕੀਤੇ ਦੇ ਰੱਖੇ ਜਾਂਦੇ ਆ। ਇਹ ਉਹ ਏਰੀਆ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ। ਆਹ ਇੱਕ ਏਰੀਆ ਕਿਚਨ ਦਾ ਜਿਹਦੇ ਵਿੱਚ ਬਰਤਨ ਹੈ, ਸਾਫ਼ ਸਫਾਈ ਦਾ ਕੰਮ ਉਹਨਾਂ ਦੇ ਵਿੱਚ ਪ੍ਰੋਪਰ ਢੰਗ ਨਾਲ ਕੀਤਾ ਜਾਂਦਾ। ਛੋਟਾ ਜਿਹਾ ਗਰਾਊਂਡ ਹੈ, ਸਟੇਜ ਹੈ ਜਿੱਥੇ ਅਸੈਂਬਲੀ ਅਤੇ ਹੋਰ ਜਿਹੜੇ ਫੰਕਸ਼ਨ ਹੈ ਸਕੂਲ ਦੇ ਉਹ ਕੰਡਕਟ ਕੀਤੇ ਜਾਂਦੇ ਆ। ਸਾਹਮਣੇ ਕਲਾਸਰੂਮ ਹੈ ਅਤੇ ਨਾਲ ਹੀ ਇੱਧਰ ਸਾਇੰਸ ਲੈਬ ਹੈ। ਸਾਇੰਸ ਲੈਬ 'ਚ ਬੱਚਿਆਂ ਨੂੰ ਬੜੇ ਵਧੀਆ ਢੰਗ ਨਾਲ ਐਕਸਪੈਰੀਮੈਂਟਸ ਜਿਹੜੇ ਪ੍ਰਯੋਗ ਪ੍ਰੋਪਰ ਢੰਗ ਨਾਲ ਕਰਕੇ ਦਿਖਾਏ ਜਾਂਦੇ ਆ ਅਤੇ ਜੋ ਬੱਚੇ ਜਿਹੜੇ ਉਹ ਠੀਕ ਢੰਗ ਨਾਲ ਆਪਣੇ ਵਿਸ਼ੇ ਨੂੰ ਸਮਝ ਸਕਣ। ਸਕੂਲ 'ਚ NSQF ਦੇ ਦੋ ਟ੍ਰੇਡ ਚੱਲਦੇ ਨੇ, ਜਿਨ੍ਹਾਂ 'ਚ ਇੱਕ ਬਿਊਟੀ ਐਂਡ ਵੈਲਨੈਸ ਹੈ, ਦੂਸਰਾ ਆਟੋਮੋਬਾਈਲ ਹੈ। ਹੁਣ ਅਸੀਂ ਜਾ ਰਹੇ ਹਾਂ ਬਿਊਟੀ ਐਂਡ ਵੈਲਨੈਸ ਦੀ ਲੈਬ ਦੇ ਵਿੱਚ। ਬਿਊਟੀ ਐਂਡ ਵੈਲਨੈਸ ਦੇ ਵਿੱਚ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹ ਸਾਡੇ ਵੋਕੇਸ਼ਨਲ ਟ੍ਰੇਨਰ ਮੈਡਮ ਇੰਦੂ ਸ਼ਰਮਾ ਜੀ। ਬੱਚੇ ਪ੍ਰੈਕਟੀਕਲ ਟ੍ਰੇਨਿੰਗ ਗੇਨ ਕਰਦੇ ਹੈ, ਪ੍ਰੈਕਟੀਕਲ ਐਕਸਪੀਰੀਅੰਸ ਗੇਨ ਕਰਦੇ ਹੈ, ਆਪਣਾ ਸਕਿੱਲ ਡਿਵੈਲਪ ਕਰਦੇ ਹੈ ਤਾਂ ਜੋ ਅੱਗੇ ਜਾ ਕੇ ਆਪਣਾ ਕੁਛ ਨਾ ਕੁਛ ਉਹਦਾ ਫਾਇਦਾ ਉਠਾ ਸਕਣ, ਇਕਨੋਮਿਕਲੀ ਕੋਈ ਕੰਮ ਧੰਦਾ ਆਪਣਾ ਸ਼ੁਰੂ ਕਰ ਸਕਣ। ਨਾਲ ਹੀ ਆਪਣੇ ਦੂਸਰੇ ਪਾਸੇ ਆਟੋਮੋਬਾਈਲ ਦੀ ਲੈਬ ਹੈ। ਇਹ ਆਪਾਂ ਫਿਲਹਾਲ ਬਿਊਟੀ ਐਂਡ ਵੈਲਨੈਸ ਦੇ ਵਿੱਚ ਬੈਠੇ ਹਾਂ। ਹੁਣ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ। ਬੜੇ ਵਧੀਆ ਢੰਗ ਨਾਲ ਸਾਡੇ ਲਾਇਬ੍ਰੇਰੀਅਨ ਮੈਡਮ ਹੈਗੇ, ਉਹਨਾਂ ਨੇ ਮੇਨਟੇਨ ਕੀਤੀ ਹੈ। ਲਗਭਗ 1600-1700 ਦੇ ਕਰੀਬ ਬੁੱਕਸ ਹੈਗੀਆਂ ਇੱਥੇ, ਵਧੀਆ ਕੁਆਲਿਟੀ ਬੁੱਕਸ ਹੈਗੀਆਂ ਜਿਹੜੀਆਂ ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਬੜਾ ਯੋਗਦਾਨ ਪਾਉਂਦੀਆਂ। ਬੱਚੇ ਆਪਣੀ ਮਰਜ਼ੀ ਨਾਲ ਬੁੱਕਸ ਇੱਥੋਂ ਲੈ ਕੇ ਜਾ ਸਕਦੇ ਆ, ਕਿਤੇ ਕੋਈ ਲੋਕ ਨਹੀਂ ਹੈ, ਓਪਨ ਹੈ ਬੁੱਕਸ, ਸਾਰੀ ਓਪਨ ਲਾਇਬ੍ਰੇਰੀ ਹੈ ਸਾਡੀ। ਮਤਲਬ ਬੱਚਿਆਂ ਨੂੰ ਬੁੱਕਸ ਲੈਣ ਦੇ ਵਿੱਚ ਅਤੇ ਰੱਖਣ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਗੀ, ਜਿਹਦਾ ਬੜਾ ਵਧੀਆ ਇੰਪੈਕਟ ਹੈ। ਬੱਚੇ ਬੜੇ ਇੰਟਰਸਟ ਦੇ ਨਾਲ, ਦਿਲਚਸਪੀ ਦੇ ਨਾਲ ਬੁੱਕਸ ਪੜ੍ਹਦੇ ਹੈਗੇ। ਸਾਈਡ 'ਤੇ ਪਿਛਲੇ ਪਾਸੇ ਸਾਡਾ ਪੀਣ ਵਾਲਾ ਪਾਣੀ, ਉਹਦਾ ਪ੍ਰਬੰਧ ਹੈ, ਫਿਲਟਰਡ ਵਾਟਰ ਹੈਗਾ, ਵਾਟਰ ਕੂਲਰ ਲੱਗਾ ਹੋਇਆ ਹੈਗਾ, ਬੱਚਿਆਂ ਨੂੰ ਸਾਫ਼ ਸੁਥਰਾ ਠੰਡਾ ਪਾਣੀ ਹੈ ਜਿਹੜਾ ਮੁਹੱਈਆ ਕਰਵਾਇਆ ਜਾਂਦਾ। ਬੈਕ ਸਾਈਡ 'ਤੇ ਆਟੋਮੋਬਾਈਲ ਲੈਬ ਹੈ, ਜਿੱਥੇ ਸਰਦਾਰ ਗੁਰਪ੍ਰੀਤ ਸਿੰਘ ਸਾਡੇ ਵੋਕੇਸ਼ਨਲ ਟ੍ਰੇਨਰ ਹੈ, ਉਹ ਬੱਚਿਆਂ ਨੂੰ ਆਟੋਮੋਬਾਈਲ ਦੀ ਬੜੀ ਵਧੀਆ ਟ੍ਰੇਨਿੰਗ ਦਿੰਦੇ ਆ। ਬੱਚੇ
ਫਿਊਚਰ 'ਚ ਜਾ ਕੇ ਆਪਣਾ ਕੋਈ ਨਾ ਕੋਈ ਕੰਮ ਧੰਦਾ ਸੈੱਟ ਕਰ ਲੈਂਦੇ ਆ, ਜਾਂ ਇਸੇ ਸਰਟੀਫਿਕੇਟ ਦੇ ਬਿਹਾਫ 'ਤੇ ਕੋਈ ਨਾ ਕੋਈ ਜੋਬ ਲੈ ਲੈਂਦੇ।